ਬਿੱਤੇਦਨ ਬਟਾਲਾ ਦੇ ਪੰਜ ਗਰਾਈਆਂ ਨਹਿਰ ਦੇ ਵਿੱਚ ਮਾਈਨਿੰਗ ਹੋ ਰਹੀ ਸੀ ਜਦੋਂ ਉਹ ਮਾਈਨਿੰਗ ਰੋਕਣ ਲਈ ਨਹਿਰੀ ਵਿਭਾਗ ਦੇ ਬੈਲਦਾਰ ਜਾਂਦੇ ਨੇ ਤਾਂ ਉਹਨਾਂ ਦਾ ਉੱਥੇ ਕਤਲ ਹੋ ਜਾਂਦਾ ਹੈ ਕੀ ਹੈ ਪੂਰਾ ਮਾਮਲਾ ਪੁਲਿਸ ਦੇ ਹੱਥ 12 ਘੰਟਿਆਂ ਦੇ ਵਿੱਚ ਵੱਡੀ ਕਾਮਯਾਬੀ ਲੱਗੀ ਹੈ ਕੀ ਹੈ ਪੂਰਾ ਮਾਮਲਾ ਗਲਬਤ ਕਰ ਰਹੇ ਨੇ ਸਾਡੇ ਨਾਲ ਬਟਾਲਾ ਤੋਂ ਐਸਐਸਪੀ ਅਸ਼ੁਨੀ ਗਟਿਆਲ ਮੌਜੂਦ ਆ ਪੂਰਾ ਮਾਮਲਾ ਵੀ ਜਾਣਾਂਗੇ ਕਿੰਨੇ ਲੋਕਾਂ ਦੇ ਮਾਮਲੇ ਦਰਜ ਹੋਇਆ ਔਰ ਕੀ ਕੀ ਮਾਮਲੇ ਦਰਜ ਹੋਇਆ ਐਸਐਸਪੀ ਸਾਹਿਬ ਨਜਾਇਜ਼ ਮਾਈਨਿੰਗ ਪੰਜਾਬ ਸਰਕਾਰ ਦੇ ਖਿਲਾਫ ਡਟ ਕੇ ਖੜੀ ਆ ਨਜਾਇਜ਼ ਮਾਈਨਿੰਗ ਹੋ ਰਹੀ ਸੀ ਕਤਲ ਹੋ ਗਿਆ ਪੂਰਾ ਮਾਮਲਾ ਦੱਸ ਦਿਓ ਕੀ ਆ ਆ 22nd ਐ 23rd ਨਾਈਟ ਜੋ 23 ਨਵੰਬਰ ਦੀ ਅਰਲੀ ਮਾਰਨਿੰਗ ਇੱਕ ਬਹੁਤ ਮੰਦਭਾਗੀ ਘਟਨਾ ਜੋ ਕਟੀ ਹੈ ਜੀ ਇਹਦੇ ਵਿੱਚ ਇੱਕ ਪੰਜ ਗਰਾਈਆਂ ਚੌਂਕੀ ਪੁਲਿਸ ਜ਼ਿਲ੍ਹਾ ਪਟਿਆਲਾ ਦੀ ਜੋ ਪੈਂਦੀ ਹੈਗੀ ਉਤੇ ਨਹਿਰ ਦੇ ਵਿੱਚ ਜੋ ਸੁੱਕੀ ਨਹਿਰ ਸੀਗਾ ਉਥੋਂ ਦੀ ਇੱਕ ਜੋਗਿੰਦਰ ਸਿੰਘ ਉਹਨੇ ਦੇ ਨਾਲ ਚਾਰ ਜੋ ਕੰਮ ਦੇ ਜੋ ਇਹਨਾਂ ਨਾਲ ਸੀਗੇ ਉਹਨੇ ਟੋਕਰੀ ਨਾਲ ਉਹ ਉਥੇ ਰੇਤਾ ਕੱਢ ਰੇ ਸੀਗੇ ਔਰ ਡੂਰਿੰਗ ਦਾ ਟਾਈਮ ਜੋ ਨੋ ਇਹਦੇ ਵਿੱਚ ਸੀਗੇ ਕੰਮਤੇ ਸੀਗੇ 6 ਬੇਲਦਾਰ ਉਥੇ ਆਪਣਾ ਗਸ਼ਟੇ ਸੀਗੇ ਉਹਦੇ ਵਿੱਚ ਇੱਕ ਬੇਲਦਾਰ ਮਿਸਟਰ ਦਰਸ਼ਨ ਸਿੰਘ ਉਹਨੇ ਇਹਨਾਂ ਨੂੰ ਰੋਕਿਆ ਉਹਨੂੰ ਕਿਹਾ ਕਿ ਜੋ ਇਹ ਕਰ ਰਹੇ ਤੁਸੀਂ ਇਹ ਗਲਤ ਹੈਗਾ ਇਲੀਗਲ ਹੈ ਤੋਂ ਉਹਨੇ ਬੰਦੀ ਕਾਰਵਾਈ ਕਰਨੀ ਹੈਗੀ ਤਾਂ ਫਿਰ ਉਹਨਾਂ ਨੇ ਟਰੈਕਟਰ ਟਰਾਲੀ ਨੂੰ ਲੈ ਕੇ ਨਿਕਲਣਾ ਸੀ ਦਫ਼ਤਰ ਵਾਸਤੇ ਤੋਂ ਉਸ ਵੇਲੇ ਜਦੋਂ ਜੋਗਿੰਦਰ ਸਿੰਘ ਨੇ ਆਪਣੀ ਟਰੈਕਟਰ ਟਰਾਲੀ ਚਲਾ ਰਹੇ ਸੀਗੇ ਨਾਲ ਦਰਸ਼ਨ ਸਿੰਘ ਵੀ ਉਹਨਾਂ ਦੇ ਨਾਲ ਹੀ ਬਹਿ ਗਏ ਸੀਗੇ। ਤੋਂ ਉਹ ਦਫਤਰ ਨੂੰ ਲੈ ਜਾਣ ਦੇ ਬਜਾਏ ਉਹਨਾਂ ਨੇ ਬਹੁਤ ਤੇਜ਼ ਪਹੁੰਚਤੀ ਜੋ ਆਪਣਾ ਟਰੈਕਟਰ ਔਰ ਨਾਲ ਹੀ ਇਹਨਾਂ ਦੀ ਤਕਾਮੁਕੀ ਹੋ ਰਹੀ ਸੀ ਕਿ ਉਹ ਕਹਿ ਰਹੇ ਸੀਗੇ ਤੁਸੀਂ ਗੱਡੀ ਰੋਕ ਤੋ। ਲੇਕਿਨ ਇਹਨਾਂ ਨੇ ਹੋਰ ਤੇਜ਼ ਪਹੁੰਚਤੀ ਔਰ ਉਹਨਾਂ ਨੂੰ ਤਕਾਵੀ ਦਿੱਤਾ ਤੋਂ ਫਿਰ ਉਹ ਥੱਲੇ ਡਿੱਗ ਪਏ। ਉਹਦੇ ਡਿੱਗਣ ਦੇ ਨਾਲ ਉਹਨਾਂ ਦੀ ਇੰਟਰਨਲ ਇੰਜਰੀਜ਼ ਆ ਗਏ। ਬਿਕੋਜ਼ ਆਫ ਇੰਟਰਨਲ ਇੰਜਰੀਜ਼ ਉਹਨਾਂ ਦੀ ਅਰਲੀ ਮਾਰਨਿੰਗ ਉਹਨਾਂ ਦੀ ਡੈਥ ਹੋ ਗਈ ਸੀਗੀ। ਔਰ ਜਿਸ ਇਮੀਡੀਏਟਲੀ ਜੋ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀ ਉਹਦੇ ਕਿਉਂਕਿ ਨੇਚਰ ਆਫ ਦਾ ਕਰਾਇਮ ਬਹੁਤ ਹੀਨਸ ਹੈਗਾ ਇਮੀਡੀਏਟਲੀ ਜੋ ਟੀਮਾ ਵੱਖ-ਵੱਖ ਟੀਮਾ ਬਣਾਏਗੇ ਬਟਾਲਾ ਜੋ ਪੁਲਿਸ ਵੱਲੋਂ ਬਣਾ ਕੇ ਅਸੀਂ ਵਿਥਿਨ 12 ਆਵਰਸ ਜਿਦੇ ਅਸੀਂ 12 ਘੰਟੇ ਦੇ ਅੰਦਰ-ਅੰਦਰ ਜੋ ਵੀ ਆਪਣੇ ਇਹ ਮੇਨ ਮੁਲਜ਼ਮ ਹੈਗਾ ਉਹਦਾ ਵੀ ਗ੍ਰਿਫਤਾਰੀ ਹੋ ਗਈ ਹੈ ਜੋਗਿੰਦਰ ਸਿੰਘ ਨਾਲ ਹੀ ਜੋ ਟਰੈਕਟਰ ਟਰਾਲੀ ਜੋ ਮਾਈਨਿੰਗ ਦੇ ਵਿੱਚ ਯੂਜ਼ ਹੋ ਰਿਹਾ ਸੀਗਾ ਔਰ ਜਿਦੇ ذریعے ਇਹਨਾਂ ਨੇ ਇਥੋਂ ਦੀ ਪੱਜ ਵੀ ਗਏ ਸੀਗੇ ਫਰਾਰ ਵੀ ਹੋ ਗਏ ਸੀ ਉਹ ਵੀ ਰਿਕਵਰ ਹੋ ਗਏ ਜੀ ਯਕਿੰਦਰ ਸਿੰਘ ਕੀ ਆਪਣੀ ਕੋਈ ਦੁਕਾਨ ਚਲਾਉਂਦਾ ਹੈ ਰੇਤ ਸਪਲਾਈ ਕਰਦਾ ਹੈ ਪ੍ਰੋਫੈਸ਼ਨਲ ਮਾਈਨਿੰਗ ਕਰਦਾ ਹੈ ਕਿ ਜਾਂ ਫਿਰ ਆਪਣੇ ਕਿਸੇ ਨਿੱਜੀ ਜ਼ਰੂਰਤ ਵਾਸਤੇ ਉਹ ਮਾਈਨਿੰਗ ਕਰ ਰਿਹਾ ਸੀ ਅ ਜੋ ਹੁਣ ਤੱਕ ਪ੍ਰੀਲਿਮਨਰੀ ਇਨਫੋਰਮੇਸ਼ਨ ਹੈਗੇ ਜੀ ਜੋ ਸਾਡੀ ਪੁੱਛਤਾਚ ਹੈਗੇ ਉਹਦੇ ਵਿੱਚ ਇਹੀ ਚੀਜ਼ ਨਿਕਲ ਆਈ ਹੈਗੀ ਉਹਨਾਂ ਦੀ ਕੋਈ ਦੁਕਾਨ ਨਹੀਂ ਹੈਗਾ ਇਹਨਾਂ ਦੀ ਡੇਡ ਕਿਲੇ ਦੀ ਪਹਿਲੀ ਹੈ ਉਹਦੇ ਵਿੱਚ ਉਹ ਆਪਣਾ ਘਰ ਬਣਾ ਰਿਹਾ ਹੈਗਾ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਜੋ ਇਨਫੋਰਮੇਸ਼ਨ ਸਾਨੂੰ ਪਿੰਡ ਚੋਜ ਵੀ ਜੋ ਮਿਲੇ ਹੈਗੇ ਉਹਦੇ ਹਿਸਾਬ ਸੇ ਇਹ ਆਪਣਾ ਕਾਰ ਬਣਾ ਰਿਆ ਸੀਗਾ ਉਹਦੇ ਵਾਸਤੇ ਇਹ ਲੈ ਕੇ ਜਾ ਰਿਆ ਸੀਗਾ ਲੇਕਿਨ ਜੋ ਇਹ ਜ਼ਰੀਆ ਇਹ ਜੋ ਹੈਗਾ ਪਹਿਲੂ ਤੁਸੀਂ ਪੁੱਛ ਰਹੇ ਹੈਗੇ ਕਿ ਇਹਨਾਂ ਨੇ ਅਗਰ ਕੋਈ ਕਿਥੇ ਸਪਲਾਈ ਕਰਦੇ ਸੀ ਕੋਈ ਹੋਰ ਹੈ ਉਹ ਵੀ ਅਸੀਂ ਆਪਣੀ ਤਫਤੀਸ਼ ਦੌਰਾਨ ਚੈੱਕ ਕਰ ਲਾਂਗੇ ਲੇਕਿਨ ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈਗੇ ਉਹਦੇ ਵਿੱਚ ਇਹ ਆਪਣੇ ਕਾਰ ਵਾਸਤੇ ਜੋ ਹੈਗਾ ਉਹ ਰੇਤਾ ਕੱਢ ਰਿਹਾ ਸੀ ਕਿਹੜੀ ਕਿਹੜੀ ਤਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਜੋ ਮੇਨ ਜੋ ਹੈਗਾ ਜੀ 302 ਜਿਹਦੇ ਵਿੱਚ ਅਨਫੋਰਚੂਨੇਟਲੀ ਜਿਹਨਾਂ ਦੀ ਆਪਣੇ ਦਰਸ਼ਨ ਸਿੰਘ ਜੀ ਦਾ ਡੈਥ ਹੋ ਗਈ ਸੀ ਅ ਔਰ ਐਂਡ THEN ਅੰਡਰ ਮਾਈਨਿੰਗ ਐਕਟ ਕਿਉਂਕਿ ਉਹ ਇਲੀਗਲ ਮਾਈਨਿੰਗ ਜੋ ਹੋ ਰਿਹਾ ਸੀਗਾ ਉਹਦੇ ਕਰਕੇ ਮਾਈਨਿੰਗ ਐਕਟ ਦੇ ਤਹਿਤ ਵੀ ਹੋ ਗਈ ਹੈ ਕਿੰਨੇ ਲੋਕਾਂ ਦੇ ਮਾਮਲੇ ਦਰਜ ਕੀਤਾ ਗਿਆ ਔਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਪੰਜ ਲੋਕਾਂ ਦੇ ਵਿੱਚੇ ਮਾਮਲਾ ਦਰਜ ਹੈਗੇ ਇੱਕ ਦਰਸ਼ ਇੱਕ ਜੋ ਹੈਗੇ ਜੋਗਿੰਦਰ ਸਿੰਘ ਨਾਲ ਹੀ ਜੋ ਚਾਰ ਜੋ ਇਹਨਾਂ ਦੀ ਲਿਬ੍ਰਰੀ ਸੀ ਕਿ ਜੋ ਇਹਨਾਂ ਦੀ ਅਸਿਸਟ ਕਰ ਰਹੀ ਸੀ ਲੇਕਿਨ 302 ਦੀ ਧਾਰਾ ਹੈ ਉਹ ਔਨ ਜੋਗਿੰਦਰ ਸਿੰਘ ਹੈਗਾ ਉਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਜੋ ਚਾਰ ਲੋਕ ਹੈ ਜਿਨ੍ਹਾਂ ਨੂੰ ਮਦਦ ਕਰ ਰਹੇ ਸੀਗੇ ਉਹ ਹਲੇ ਗ੍ਰਿਫਤਾਰ ਹੋਣ ਵਾਲੇ ਬਾਕੀ ਹੈ ਆਈ ਏਮ ਵੈਰੀ ਸ਼ੋਰ ਕਿ ਮਤਲਬ ਵਿਦਨ ਫਿਊ ਆਵਰਸ ਅਸੀਂ ਉਹਨਾਂ ਨੂੰ ਵੀ ਅਰੈਸਟ ਕਰ ਲਾਂਗੇ ਥੈਂਕ ਯੂ ਐਸਐਸਪੀ ਬਟਾਲਾ ਸ਼ੂਨੀ ਕਟਿਆਲ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਜਾਇਜ਼ ਮਾਈਨਿੰਗ ਕਰਦੇ ਕਰਦੇ ਉਹਨਾਂ ਨੇ ਕਤਲ ਕਰ ਦਿੱਤਾ ਸੀ ਉਸ ਕਾਤਿਲ ਨੂੰ ਵੀ ਗ੍ਰਿਫਤਾਰ ਕਰ ਲਿਆ ਜਿੱਥੇ ਕਤਲ ਦਾ ਮਾਮਲਾ ਦਰਜ ਹੋਇਆ ਉੱਥੇ ਨਜਾਇਜ਼ ਮਾਈਨਿੰਗ ਦਾ ਵੀ ਮਾਮਲਾ ਦਰਜ ਹੈ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਕਿ 12 ਘੰਟੇ ਦੇ ਵਿੱਚ ਸਾਰਾ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਕੈਮਰਾਮੈਨ ਪੰਟੀਦਰਾਲ ਨਿਊਜ਼ 18 ਪੰਜਾਬ ਲਈ ਨਿਤਲੂਸਾ